ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਹਿਕਵਿਜ਼ਨ ਨੇ 4.0 2.65+ HBR ਕੱਢਿਆ, ਜਿਹਦੀ ਕਿ ਸੈਟਿੰਗ ਆਮ ਨਾਲੋਂ ਬਹੁਤ ਜ਼ਿਆਦਾ ਚੇਂਜ ਆ। ਆਮ ਕਸਟਮਰਾਂ ਨੂੰ ਜਾਂ ਜੋ ਕੰਮ ਕਰਦੇ ਨੇ, ਕਈ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਕਿਹੜੀ ਸੈਟਿੰਗ ਕਿਵੇਂ ਕਰਨੀ ਆ। ਮੈਂ ਹੌਲੀ ਹੌਲੀ ਤੁਹਾਨੂੰ ਵੀਡੀਓ ਵਿੱਚ ਸਾਰੀਆਂ ਸੈਟਿੰਗਾਂ ਦੱਸ ਦੂੰਗਾ, ਠੀਕ ਆ। ਅੱਜ ਆਪਾਂ ਇਸ ਵੀਡੀਓ 'ਚ ਇਹ ਦੇਖਾਂਗੇ ਕਿ ਹਿਕਵਿਜ਼ਨ ਦੀ 2.65+ ਵਾਲੀ ਦੀ ਰਿਕਾਰਡਿੰਗ ਪਰਮਾਨੈਂਟ ਕਿਵੇਂ ਔਫ ਕਰਨੀ ਆ। 264 ਵਾਲੀ ਤਾਂ ਮੈਂ ਬਣਾਈ ਚੁੱਕਿਆ ਸੀ ਪਹਿਲਾਂ, ਤੁਸੀਂ ਮੇਰੀ ਵੀਡੀਓਜ਼ ਚੈੱਕ ਕਰ ਸਕਦੇ ਹੋ। ਅਤੇ ਅੱਜ ਆਪਾਂ ਦੇਖਾਂਗੇ ਕਿ ਇਹਦੀ ਰਿਕਾਰਡਿੰਗ ਕਿਵੇਂ ਔਫ ਕਰਨੀ ਆ, ਠੀਕ ਹੈ ਜੀ। ਆ ਜਾਓ ਵੀਡੀਓ 'ਤੇ ਚੱਲਦੇ ਹਾਂ। ਹਾਂਜੀ, ਹੁਣ ਆਪਾਂ ਸਕਰੀਨ 'ਤੇ ਆ ਚੁੱਕੇ ਹਾਂ। ਰਾਈਟ ਕਲਿੱਕ ਕਰਕੇ ਸਟੋਰੇਜ 'ਤੇ ਕਲਿੱਕ ਕਰਨਾ, ਉਸ ਤੋਂ ਬਾਅਦ ਸਟੋਰੇਜ ਮੋਡ, ਠੀਕ ਹੈ ਜੀ, ਕਲਿੱਕ ਕਰਕੇ ਜੂਮ ਕਰਕੇ ਦਿਖਾਉਣਾ ਤੁਹਾਨੂੰ, ਕੁਆਟਾ ਲਿਖਿਆ ਹੋਊ ਉਹਨੂੰ ਗਰੁੱਪ 'ਚ ਕਲਿੱਕ ਕਰਕੇ IP ਕੈਮਰੇ ਸਾਰੇ ਅਨਟੈਕ ਕਰ ਲੈਣੇ। ਜੇ ਤੁਹਾਡੇ ਕੋਲ IP ਕੈਮਰੇ ਹੈਗੇ ਨੇ ਤਾਂ ਟਿੱਕ ਲਾ ਸਕਦੇ ਹੋ, ਜਿੰਨੇ ਹੈਗੇ ਨੇ। ਮੇਰੇ ਕੋਲ ਐਨਾਲੋਗ ਨੇ ਸਾਰੇ, ਠੀਕ ਆ। ਮੇਰੇ ਕੋਲ 5 ਕੈਮਰੇ ਨੇ, ਮੈਂ ਪਹਿਲੇ 5 ਟਿੱਕ ਲਾ ਦੇਣਾ, ਠੀਕ ਆ। ਅਪਲਾਈ ਕਰ ਦੇਣਾ, ਰਿਪੋਰਟ ਕਰ ਦੇਣਾ। ਇਹ ਥੋੜ੍ਹਾ ਟਾਈਮ ਲਊਗਾ, ਇਸ ਕਰਕੇ ਮੈਂ ਵੀਡੀਓ ਥੋੜ੍ਹੀ ਜਿਹੀ ਸਕਿੱਪ ਕਰ ਦਿੰਦਾ। ਹਾਂਜੀ, ਆਪਣਾ DVR ਔਨ ਹੋ ਚੁੱਕਿਆ, ਪੈਟਰਨ ਭਰੋ। ਹੁਣ ਮੈਂ ਤੁਹਾਨੂੰ ਚੈੱਕ ਕਰਾਉਂਦਾ ਕਿ ਆਪਣੇ 5 ਦੀ ਆਪਾਂ ਔਨ ਕੀਤੀ ਸੀ ਅਤੇ ਉਹ 5 ਦੀ ਔਨ ਹੋ ਚੁੱਕੀ ਆ ਕਿ ਨਹੀਂ। ਰੈੱਡ ਜਿਹੇ ਆਈਕਨ ਰਿਕਾਰਡਿੰਗ ਦੇ ਹੁੰਦੇ ਨੇ, ਤੁਹਾਨੂੰ ਪਤਾ ਹੀ ਆ। 3, 4, 5, ਮਤਲਬ ਆਪਾਂ 5 ਦੀ ਰਿਕਾਰਡਿੰਗ ਔਨ ਕੀਤੀ ਸੀ, 5 ਦੀ ਔਨ ਹੋ ਚੁੱਕੀ ਆ, ਬਾਕੀਆਂ ਦੀ ਨਹੀਂ ਔਨ ਹੈਗੀ, ਠੀਕ ਹੈ। ਹੁਣ ਤੁਸੀਂ ਇਹ 'ਚ ਮਤਲਬ ਇੱਕ ਬੀਪ ਦੀ ਆਵਾਜ਼ ਆਉਂਦੀ ਹੁੰਦੀ ਆ, ਈਵੈਂਟ 'ਤੇ ਜਾ ਕੇ ਐਕਸੈਪਸ਼ਨ ਹੈਂਟ ਜਿਹਾ ਹਟਾ ਦਿਉ ਤੁਸੀਂ ਪਹਿਲਾਂ, ਕਿਉਂਕਿ ਇਹ ਸਕਰੀਨ ਦੇ ਥੱਲੇ ਐਰਰ ਆਉਂਦਾ ਹੁੰਦਾ। ਹਾਂਜੀ, ਰਿਕਾਰਡਿੰਗ ਐਕਸੈਪਸ਼ਨ, ਇਹ ਤੁਸੀਂ ਇਹ ਦੋਨੇ ਟਿੱਕ ਹਟਾ ਲੈਣੇ ਆ। ਅਪਲਾਈ ਕਰ ਦੇਣਾ, ਤੁਹਾਡੀ ਸੈਟਿੰਗ ਹੋ ਜੂਗੀ, ਠੀਕ ਹੈ ਜੀ। ਥੈਂਕ ਯੂ।